ਸਾਡੇ ਗਵਈਏ ਵੀਰ ਮੇਰਾ ਟੋਟਲ ਬਾਇਕਾਟ ਕਰ ਦਿੰਦੇ ਆ ਇਹ ਕਹਿ ਕੇ ਵੀ ਅਸੀਂ ਤਾਂ ਕਿਸਾਨ ਜਥੇਬੰਦੀਆਂ ਦੇ ਨਾਲ ਆ ਇਹ ਅੱਜ ਗਵਈਏ ਕਹਿ ਰਹੇ ਆ ਸਾਰੇ ਵੀ ਦੀਪ ਸਿੱਧੂ ਨਵਾਂ ਕੋਈ ਫਰੰਟ ਖੜਾ ਕਰ ਰਿਹਾ ਮੈਂ ਤਾਂ ਜੀ ਤੁਰ ਪਿਆ ਹੁਣ ਤੁਸੀਂ ਕਰ ਲਓ ਜਿਹੜਾ ਮੇਰਾ ਵਿਰੋਧ ਕਰਨਾ ਅਸੀਂ ਇਹੋ ਜੀ ਇੱਕ ਸਿਚੁਏਸ਼ਨ ਇਹੋ ਜਿਹਾ ਮਾਹੌਲ ਕ੍ਰੀਏਟ ਕਰ ਰਹੇ ਹਾਂ ਜਿੱਥੇ ਸੈਂਟਰ ਨੇ ਸਾਡੇ ਤੇ ਐਮਰਜੈਂਸੀ ਇਨਵੋਕ ਕਰ ਦੇਣੀ ਆ ਇਹਨਾਂ ਕਿਸਾਨ ਜਥੇਬੰਦੀਆਂ ਨੇ ਸਿਰਫ ਆਰਡੀਨੈਂਸ ਦੇ ਵਿੱਚ MSP ਤੱਕ ਆਪਦੀ ਲੜਾਈ ਲਿਮਿਟਿਡ ਰੱਖਣੀ ਆ ਸਤਿ ਸ਼੍ਰੀ ਅਕਾਲ ਜੀ ਮੈਂ ਆਸ ਕਰਦਾ ਤੁਸੀਂ ਤੰਦਰੁਸਤ ਹੋਵੋਗੇ ਠੀਕ ਠਾਕ ਹੋ ਕੁਛ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਸੀ ਗੱਲਾਂ ਇਹ ਆ ਜੇ ਮੈਂ SGPC ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ 'ਤੇ ਸਵਾਲ ਕਰਦਾ ਤਾਂ ਮੈਨੂੰ ਇਹ ਕਹਿ ਦਿੱਤਾ ਜਾਂਦਾ ਏਜੰਸੀਆਂ ਦਾ ਪਤਾ ਤੇਰੇ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੇ ਮੈਂ ਸਰਕਾਰਾਂ ਨੂੰ ਸਵਾਲ ਕਰਦਾ ਤਾਂ ਮੈਨੂੰ ਇਹ ਕਹਿ ਦਿੱਤਾ ਜਾਂਦਾ ਇਹ ਦੇਸ਼ ਧਰੋਈ ਆ ਇਹ ਸੈਪਰੇਟ ਬਿਲੋਂਗ ਕਰਦਾ ਅਤੇ ਜੇ ਮੈਂ ਅੱਜ ਕਿਸਾਨ ਜਥੇਬੰਦੀਆਂ ਨੂੰ ਇਹ ਸਵਾਲ ਕਰਦਾ ਵੀ ਤੁਸੀਂ ਪਹਿਲਾਂ ਤਾਂ ਲੜਾਈ ਤੈਅ ਕਰੋ ਲੜਾਈ ਤੁਹਾਡੀ ਕੁਛ ਰਿਆਇਤਾਂ ਨੂੰ ਲੈ ਕੇ ਆ ਕਿ ਲੜਾਈ ਕਿਸਾਨਾਂ ਦੇ ਅਤੇ ਮਜ਼ਦੂਰਾਂ ਦੇ ਸੁਧਾਰਾਂ ਦੀ ਉਹਨਾਂ ਦੀ ਜ਼ਿੰਦਗੀਆਂ ਦੇ ਸੁਧਾਰਾਂ ਤਾਂ ਉਹ ਉਹਨਾਂ ਨੂੰ ਹੋਰ ਸਵਾਲ ਕਰਦਾ ਵੀ ਜੇ ਕੋਈ ਫੈਸਲੇ ਲੈਣੇ ਆ ਇਹ ਸੰਘਰਸ਼ ਦੇ ਫੈਸਲੇ ਲੈਣੇ ਆ ਇਹਨਾਂ ਨੂੰ ਬੰਦ ਕਮਰਿਆਂ 'ਚ ਨਾ ਲਿਆ ਜਾਵੇ ਇਹਨਾਂ ਨੂੰ ਸਰਕਾਰਾਂ ਦੇ ਨਾਲ ਮੀਟਿੰਗਾਂ ਕਰਕੇ ਨਾ ਲਿਆ ਜਾਵੇ ਇਹ ਕੋਈ ਓਪਨ ਫੋਰਮ 'ਚ ਲਿਆ ਜਾਵੇ ਜਾਂ ਕੋਈ ਇਹੋ ਜਿਹਾ ਸਿਸਟਮ ਪੈਦਾ ਕਰੀਏ ਜਿੱਥੇ ਚੈੱਕਸ ਐਂਡ ਬੈਲੈਂਸਿਸ ਹੋ ਤਾਂ ਮੇਰੇ 'ਤੇ ਇਹ ਕਹਿ ਦਿੱਤਾ ਜਾਂਦਾ ਮੈਨੂੰ ਵੀ ਤੂੰ RSS ਦਾ ਬੰਦਾ ਫਿਰ ਸਾਡੇ ਗਵਈਏ ਵੀਰ ਮੇਰਾ ਟੋਟਲ ਬਾਇਕਾਟ ਕਰ ਦਿੰਦੇ ਆ ਇਹ ਕਹਿ ਕੇ ਵੀ ਅਸੀਂ ਤਾਂ ਕਿਸਾਨ ਜਥੇਬੰਦੀਆਂ ਦੇ ਨਾਲ ਆ ਅਤੇ ਤੁਸੀਂ ਤਾਂ ਕੋਈ ਨਵੀਂ ਰਾਜਨੀਤੀ ਜਾਂ ਰਾਜਨੀਤਿਕ ਧਿਰ ਕੋਈ ਪਾਰਟੀ ਕੱਢਣ ਦੀ ਕੋਸ਼ਿਸ਼ ਕਰ ਰਹੇ ਗੱਲ ਇਹ ਆ ਜਦੋਂ ਤੱਕ ਅਸੀਂ ਇਹ ਨਹੀਂ ਸਮਝਾਂਗੇ ਵੀ ਸਾਡੀ ਲੜਾਈ ਕੀ ਆ ਜਾਂ ਜਦੋਂ ਤੱਕ ਅਸੀਂ ਪੁਰਾਣੇ ਰੀਤੀ ਰਿਵਾਜ਼ ਆ ਉਹਨਾਂ ਦਾ ਖੰਡਨ ਨਹੀਂ ਕਰਾਂਗੇ ਸਾਡੇ ਹੱਥ ਪੱਲੇ ਹੁਣ ਵੀ ਕੁਛ ਨਹੀਂ ਲੱਗਣਾ ਸਾਡੇ ਹੱਥ ਪੱਲੇ ਪਹਿਲਾਂ ਵੀ ਕੁਛ ਨਹੀਂ ਲੱਗਿਆ ਸੋ ਗੱਲ ਇਹ ਆ ਵੀ ਜੇ ਸਾਨੂੰ MSP ਮਿਲ ਗਈ ਮੇਰਾ ਸਵਾਲ ਆ ਕਿਸਾਨ ਜਿਹੜੇ ਖੁਦਕੁਸ਼ੀਆਂ ਕਰਦੇ ਆ ਕਿਸਾਨ ਜਿਹੜੇ ਕਰਜ਼ਿਆਂ ਥੱਲੇ ਆ ਕਿਸਾਨ ਜਿਨ੍ਹਾਂ ਦੀਆਂ ਲਿਮਟਾਂ ਨਹੀਂ ਮੁੜੀਆਂ ਜਾਂਦੀਆਂ ਉਹ ਸਭ ਕੁਛ ਠੀਕ ਹੋ ਜੂ MSP ਮਿਲਣ ਨਾਲ ਜਿਹੜੇ ਇੱਕ ਸਟੈਟਿਸਟਿਕਸ ਆ ਨਾ ਸਟੈਟਿਸਟਿਕਸ ਦੀ ਗੱਲ ਸਮਝੀਏ 6% ਪੂਰੇ ਦੇਸ਼ ਦੇ ਕਿਸਾਨ ਇਹੋ ਜਿਹੇ ਆ ਜਿਹੜੇ MSP ਯੂਜ਼ ਕਰਦੇ ਆ ਮਤਲਬ 94% ਕਿਸਾਨ MSP ਯੂਜ਼ ਹੀ ਨਹੀਂ ਕਰਦੇ ਉਹਨਾਂ ਦੀ ਲੁੱਟ ਕਸੁੱਟ ਤਾਂ MSP ਤੋਂ ਬਿਨਾਂ ਵੀ ਜਾਰੀ ਆ ਫਿਰ ਅਗਲੀ ਗੱਲ ਆ ਜਿਹੜੀ ਕਿ ਸਾਡੇ ਨਾਲ ਮਜ਼ਦੂਰ ਜਾਂ ਉਹਨਾਂ ਦੀਆਂ ਜਿਹੜੀਆਂ ਯੂਨੀਅਨਸ ਉਹ ਨਾਲ ਆ ਕਿ ਸਾਡੇ ਨਾਲ ਆੜ੍ਹਤੀ ਆ ਸਾਰੀ ਆੜ੍ਹਤੀਆਂ ਯੂਨੀਅਨ ਸਾਡੇ ਨਾਲ ਆ ਜੇ ਅਸੀਂ ਕਹੀਏ ਇਹ ਸਾਡੀ ਸਾਰਿਆਂ ਦੀ ਲੜਾਈ ਆ ਹਜੇ ਤੁਸੀਂ ਲਾਮਬੰਦੀ ਤਾਂ ਕਰਦੇ ਨਹੀਂ ਅਸੀਂ ਬਹਿ ਜਾਂਦੇ ਹਾਂ ਰੇਲਾਂ ਰੋਕਣ ਇਹ ਤਾਂ ਪੁਰਾਣੇ ਢੰਗ ਆ ਜੀ ਰੇਲਾਂ ਰੋਕਣ ਦੇ ਜਾਂ ਅਸੀਂ ਮਾਲਸ 'ਚ ਚਲੇ ਗਏ ਅਸੀਂ ਇਹੋ ਜਿਹੀ ਇੱਕ ਸਿਚੁਏਸ਼ਨ ਇਹੋ ਜਿਹਾ ਮਾਹੌਲ ਕ੍ਰੀਏਟ ਕਰ ਰਹੇ ਹਾਂ ਜਿੱਥੇ ਸੈਂਟਰ ਨੇ ਸਾਡੇ 'ਤੇ ਐਮਰਜੈਂਸੀ ਇਨਵੋਕ ਕਰ ਦੇਣੀ ਆ ਤੁਸੀਂ ਇਹ ਦੇਖ ਲਓ ਬਹੁਤ ਥਾਵਾਂ ਤੋਂ ਮੈਨੂੰ ਇਹ ਖਬਰ ਆਈ ਆ ਵੀ ਜੀ ਆਰਮੀ ਜਾਂ ਪੈਰਾਮਿਲਟਰੀ ਫੋਰਸਿਸ ਦੀਆਂ ਗੱਡੀਆਂ ਪੰਜਾਬ 'ਚ ਐਂਟਰ ਹੋ ਰਹੀਆਂ ਹੁਣ ਜੇ ਕੱਲ੍ਹ ਨੂੰ ਸਾਡੇ 'ਤੇ ਸੈਂਟਰ ਨੇ ਇਹ ਕਹਿਤਾ ਵੀ ਸਟੇਟ ਗਵਰਨਮੈਂਟ ਇੱਥੇ ਪ੍ਰੋਟੈਸਟਰਸ ਨੂੰ ਕੰਟਰੋਲ ਕਰਨ 'ਚ ਨਾਕਾਮਯਾਬ ਆ ਸਿਚੁਏਸ਼ਨ ਬਹੁਤ ਜ਼ਿਆਦਾ ਅਨਕੂਲ ਆ ਐਮਰਜੈਂਸੀ ਇਨਵੋਕ ਕਰਦੇ ਉਦੋਂ ਬਾਅਦ ਸਾਡਾ ਪਲਾਨ ਬੀ ਕੀ ਹੋਊਗਾ ਸਾਡੇ ਕੋਲ ਕੋਈ ਪਲਾਨ ਬੀ ਨਹੀਂ ਕਿਸੇ ਕਿਸਾਨ ਜਥੇਬੰਦੀ ਕੋਲ ਕੋਈ ਪਲਾਨ ਬੀ ਹੈ ਨਹੀਂ ਉਹ ਸਿਰਫ ਲੱਗੇ ਹੋਏ ਆ ਟੋਲ ਰੋਕ ਲਓ ਫਲਾਨੀ ਥਾਂ 'ਤੇ ਮੌਲ ਬੰਦ ਕਰ ਦਿਓ ਜਾਂ ਅਸੀਂ ਰੇਲਾਂ ਰੋਕ ਲਓ ਰੇਲਾਂ ਤਾਂ ਪਿੱਛੇ ਹੀ ਰੋਕੀ ਖੜ੍ਹੇ ਆ ਉਹ ਸੋ ਕੋਈ ਪਲਾਨ ਬੀ ਰੱਖ ਕੇ ਨਹੀਂ ਚੱਲਦੇ ਮੈਂ ਕਿੱਦਾਂ ਦਾ ਕਹੀ ਜਾਂਦਾ ਵੀ ਸਾਨੂੰ ਗੱਲ ਸਮਝਣੀ ਪੈਣੀ ਆ ਇਹ ਆਰਡੀਨੈਂਸ ਆਉਣੇ ਕਾਲੇ ਕਾਨੂੰਨ ਆਉਣੇ ਇਹ ਤਾਂ ਬਿਮਾਰੀ ਦੇ ਲੱਛਣ ਆ ਰੋਗ ਕੀ ਆ ਅਤੇ ਉਹਦੀ ਦਵਾਈ ਕੀ ਹੋਣੀ ਚਾਹੀਦੀ ਆ ਗੱਲ ਇੱਥੇ ਪਈ ਆ ਰੋਗ ਕੀ ਆ ਰੋਗ ਇਹ ਆ ਵੀ ਕਿਸਾਨ ਦੀ ਦਸ਼ਾ ਆਰਡੀਨੈਂਸ ਤੋਂ ਆਉਣ ਤੋਂ ਪਹਿਲਾਂ ਵੀ ਬੁਰੀ ਸੀ ਉਦੋਂ ਪਹਿਲਾਂ ਵੀ ਖੁਦਕੁਸ਼ੀਆਂ ਹੁੰਦੀਆਂ ਸੀ ਉਦੋਂ ਪਹਿਲਾਂ ਵੀ ਕਿਸਾਨ ਜਾਂ ਮਜ਼ਦੂਰ ਕਰਜ਼ੇ 'ਚ ਸੀ ਉਹਨਾਂ ਦੇ ਸ਼ੋਸ਼ਣ ਹੁੰਦੇ ਸੀ ਔਰ ਅਸੀਂ ਇਹ ਗੱਲ ਨੂੰ ਸਮਝ ਹੀ ਨਹੀਂ ਪਾ ਰਹੇ ਇਹਨਾਂ ਕਿਸਾਨ ਜਥੇਬੰਦੀਆਂ ਨੇ ਸਿਰਫ ਆਰਡੀਨੈਂਸ ਦੇ ਵਿੱਚ MSP ਤੱਕ ਆਪਦੀ ਲੜਾਈ ਲਿਮਿਟਿਡ ਰੱਖਣੀ ਆ ਇਹ ਕਿਉਂ ਰੱਖਣੀ ਆ ਇਹਦਾ ਮੈਨੂੰ ਨਹੀਂ ਪਤਾ ਇਹਨਾਂ ਦੇ ਕੋਈ ਰਾਜਸੀ ਸਰੋਕਾਰ ਵੀ ਹੋ ਸਕਦੇ ਆ ਇਹਨਾਂ ਦੇ ਕੋਈ ਆਪਸ
कोई पोलिटिकल एसोसीएशन या मान लो अहुदियां दे सरोकार भी हो सकते हैं, सारे नहीं, सारिया जथेबंदियां दे सारे लीडर इक्को जिहे नहीं आ, यह भी मैं गल मानता, पर जदों तक असी पूर्ण तौर पर यह गल नूं समझ के खंडन नहीं करांगे, पुराने रीति रिवाजों का खंडन नहीं करांगे, उन्होंने चैलेंज नहीं करांगे, तो कोई इहो जिहा ढांचा नहीं सिरजांगे जिथे सही असल तौर पर किसानों का मजदूरों का या होर सारे वर्गों का कोई भला ना हो सके, उदों तक जे असीं कहीए MSP लैके बह जाएंगे कोई प्राप्ति नहीं है। लोग थोड़े च किसान जथेबंदियों नूं मेरी बेनती आ हथ जोड़ के भी थोड़े च एडा वड्डा आपदा असीं, मैं भी कहना मैं थोड़े नाल आ, एडा वड्डा आपदा भरोसा थोड़े च देता, एड्डी वड्डी आस आ उन्हां नूं थोड़े तो, बिकॉज तुसीं एक्ट ही लाओगे, तुसीं पंजाब लई इस धरती लई साडे लोकां लई कुछ लैके टिकोगे, पर तुसीं बैठे हो MSP'आं ते, तुसीं बैठे हो भी सरकारां नाल मीटिंग कर लईए, जिद्दे असीं बंद कमरियां च सरकारां नाल मीटिंगां करनियां शुरू कर दिंदे आ ना, 50% दा संघर्ष उत्थे ही असीं वेच दिंदे, उत्थे 50% संघर्ष तां खत्म हो जांदा। हुण गल इह आ, या तां आपदे जमीरां दी असीं आपदे आत्मा दी आवाज़ सुण के असल गल नूं समझ के लड़ाई लड़ीए, ते जिहड़ी जिहड़ी रूह जिहड़ा जिहड़ा बंदा आपदे जमीर दी आपदे अंदर दी आवाज़ सुण के इस लड़ाई च लड़ूगा, मैं उहदे नाल आ, मैं तां जी तुर पिया हुण, तुसीं कर लो जिहड़ा मेरा विरोध करना, भंड लो जिन्ना भंडना, कह दो जिहदा मर्जी बंदा, मैं अज तो बाद मैं सफाई भी नहीं देनी, कोई सफाई नहीं देनी, इस करके नहीं देनी क्योंकि मेरा टीचा कुछ होर आ, मेरी लड़ाई साडी धरती खातर साडे लोकां खातर आ, तुसीं तां मैनूं उलझाई रखोगे, मैं तां तीजे कि दिन मेरे ते कोई नवां सवाल खड़ा कर दिंदे आ। एक गल समझण दी जरूरत आ वी जदों लड़ाई सरकारां दे खिलाफ लड़ी जांदी आ ना, इहो जी राजसी धिरां दे खिलाफ स्टेट दे खिलाफ लड़ी जांदी आ, उदों वख-वख जगह ते वख-वख मोर्चे विटने पैंदे हुंदे आ, पर साडा टीचा इक्को ही हुंदा, साडा टीचा इही हुंदा ਵੀ ਸਰਕਾਰਾਂ ਨੂੰ ਬੈਕਫੁੱਟ 'ਤੇ ਲੈ ਕੇ ਆਈਏ, ਸਰਕਾਰਾਂ ਦੀ ਮਜਬੂਰੀ ਕੋਈ ਰਾਜਸੀ ਮਜਬੂਰੀ ਖੜੀ ਕਰ ਦਈਏ, ਔਰ ਇਹ ਉੱਥੇ ਜੇ ਅਸੀਂ ਇੱਕ ਦੂਜੇ ਨੂੰ ਨਿੰਦਣ ਲੱਗ ਜਾਈਏ ਤਾਂ ਲੋਕਾਂ 'ਚ ਵਹਿਮ ਅਤੇ ਭਰਮ ਹੀ ਪੈਦਾ ਹੁੰਦਾ, ਹੋਰ ਇਹਦਾ ਕੋਈ ਇਹਦੇ 'ਚੋਂ ਕੋਈ ਹੱਲ ਨਹੀਂ ਨਿਕਲਦਾ, ਇਸ ਕਰਕੇ ਹੱਲ ਵੱਲ ਨੂੰ ਤੁਰੋ, ਹੱਲ ਵੱਲ ਨੂੰ ਅਸੀਂ ਤਾਂ ਹੀ ਤੁਰਾਂਗੇ ਜੇ ਅਸੀਂ ਰੋਗ ਨੂੰ ਸਮਝ ਸਕੇ ਅਤੇ ਉਹਦੀ ਦਵਾਈ ਨੂੰ ਲੱਭਣ ਦੀ ਕੋਸ਼ਿਸ਼ ਕਰੀਏ, ਅਸੀਂ ਤਾਂ ਲੱਛਣਾਂ 'ਤੇ ਆ ਕੇ ਲੱਛਣਾਂ ਦੀ ਉਹ ਗੱਲ ਕਰੀ ਜਾਂਦੇ ਹਾਂ, ਸੋ ਇਹ ਜਿਹੜੇ ਕਾਲੇ ਕਾਨੂੰਨ ਆ ਇਹ ਤਾਂ ਲੱਛਣ ਆ। ਅਗਲੀ ਗੱਲ ਮੈਂ ਜੇ ਕਰਦਾ, ਜੇ ਕੱਲ੍ਹ ਨੂੰ ਐਮਰਜੈਂਸੀ ਇਨਵੋਕ ਹੋਊਗੀ, ਮੈਂ ਕਿੱਦਾਂ ਦਾ ਇਹ ਗੱਲ ਕਹੀ ਆ ਨਾ, ਲਾਮਬੰਦ ਕਰੋ, ਇਹਨੂੰ ਨੈਸ਼ਨਲ ਮੂਵਮੈਂਟ ਬਣਾਓ, ਅਸੀਂ ਹਰਿਆਣੇ ਵਾਲੇ ਸਾਰੇ ਬੰਦਿਆਂ ਨਾਲ ਹੁਣ ਮੈਂ ਟੱਚ 'ਚ ਹਾਂ, ਇਸ ਤਰ੍ਹਾਂ ਮੈਂ ਹੋਰ ਵੀ ਕੋਸ਼ਿਸ਼ ਕਰ ਰਿਹਾ, ਜਿਹੜੇ ਸੂਬੇ ਆ ਉੱਥੋਂ ਦੀਆਂ ਕਿਸਾਨ ਜਥੇਬੰਦੀਆਂ ਨਾਲ ਅਸੀਂ ਆਪਦਾ ਕੋਈ ਰਾਬਤਾ ਬਣਾਈਏ ਕਲਾਮਬੰਦੀ ਕਰਕੇ। ਮੰਨ ਲਓ ਪੰਜਾਬ 'ਚ ਐਮਰਜੈਂਸੀ ਇਨਵੋਕ ਹੋ ਜਾਂਦੀ ਆ, ਪਰ ਸਾਰੇ ਸਟੇਟਾਂ 'ਚ ਤਾਂ ਨਹੀਂ ਕਰ ਸਕਦੇ ਨਾ, ਦਿੱਲੀ ਘੇਰੀ ਬਾਕੀ ਸੂਬਿਆਂ ਨੂੰ ਨਾਲ ਰਲਾ ਕੇ ਜਾਊਗੀ, ਦਿੱਲੀ ਰਾਸ਼ਟਰੀ ਇੱਕ ਲਹਿਰ ਪੈਦਾ ਕਰਕੇ, ਇੰਟਰਨੈਸ਼ਨਲ ਲੈਵਲ ਦੀ ਲਹਿਰ ਪੈਦਾ ਕਰਕੇ ਘੇਰੀ ਜਾਊਗੀ। ਜੇ ਤੁਸੀਂ ਕਹੋ ਪੰਜਾਬ ਇਕੱਲਾ ਦਿੱਲੀ ਘੇਰ ਲੂਗਾ ਤਾਂ ਇਹ ਪੋਸੀਬਲ ਨਹੀਂ ਆ, ਇਹ ਹੋ ਹੀ ਨਹੀਂ ਸਕਦਾ, ਜਦੋਂ ਤੱਕ ਸਾਨੂੰ ਆਪਦੀ ਲਾਮਬੰਦੀ ਉਸ ਲੈਵਲ ਤੱਕ ਨਹੀਂ ਕਰਨੀ ਆਊਗੀ, ਸਾਡੇ ਕੋਲ ਉਹ ਵਿਜ਼ਨ ਨਹੀਂ ਆ, ਅਸੀਂ ਜੇ ਕਹੀਏ ਲੜਾਈ ਜਿੱਤ ਲਾਂਗੇ ਤਾਂ ਲੜਾਈ ਨਹੀਂ ਜਿੱਤੀ ਜਾਣੀ, ਤਾਂ ਪੁਰਾਣੇ ਰੀਤੀ ਰਿਵਾਜ ਜਿਹੜੇ ਹੁਣ ਵੀ ਅਪਣਾਏ ਜਾ ਰਹੇ ਆ ਉਹਨਾਂ ਨਾਲ ਲੜਾਈ ਨਹੀਂ ਜਿੱਤੀ ਜਾਣੀ, ਮੇਰੇ 'ਤੇ ਸਵਾਲ ਨਾ ਖੜੇ ਕਰੋ। ਜੇ ਅੱਜ ਗਵਾਈਏ ਕਹਿ ਰਹੇ ਆ ਸਾਰੇ ਵੀ ਦੀਪ ਸਿੱਧੂ ਨਵਾਂ ਕੋਈ ਫਰੰਟ ਖੜਾ ਕਰ ਰਿਹਾ, ਮੈਂ ਕਿਹਾ ਉਹ ਹਰ ਬੰਦਾ ਉਹਨੂੰ ਹੱਕ ਆ ਜਿਹੜਾ ਪੰਜਾਬ ਲਈ ਲੜ ਰਿਹਾ ਨਵਾਂ ਕੋਈ ਫਰੰਟ ਖੜਾ ਕਰਨ ਵਾਸਤੇ, ਇਹਦਾ ਜਵਾਬ ਮੈਨੂੰ ਦਿਓ। ਅੱਜ ਜਿਹੜੇ ਜਿਹੜੇ ਸਾਡੀ ਇੱਥੇ ਰਵਾਇਤੀ ਪਾਰਟੀਆਂ ਉਹਨਾਂ ਤੋਂ ਅਸੀਂ ਸੈਟਿਸਫਾਈਡ ਹਾਂ, ਉਹਨਾਂ ਨੇ ਸਾਡਾ ਭਲਾ ਕੀਤਾ ਕਿਸੇ ਨੇ? ਸੋ ਜੇ ਨਹੀਂ ਕੀਤਾ ਤਾਂ ਬਾਈ ਜੀ ਤਖਤਾ ਪਲਟ ਕਰੋ, ਲੋਕਾਂ ਦਾ ਭਲਾ ਕਰੋ, ਲੋਕਾਂ ਲਈ ਲੜੋ, ਇੱਕ ਦੂਜੇ ਨੂੰ ਨਿੰਦੋ ਨਾ, ਇੱਕ ਦੂਜੇ ਲਈ ਇੱਕ ਦੂਜੇ ਦੀਆਂ ਲੱਤਾਂ ਨਾ ਖਿੱਚੋ। ਸੋ ਸਾਡੀ ਲੜਾਈ ਇਕੱਠਿਆਂ ਦੀ ਆ, ਜੇ ਤੁਸੀਂ ਇਕੱਠੇ ਇੱਕ ਮੋਰਚੇ ਤੋਂ ਨਹੀਂ ਲੜ ਸਕਦੇ ਤਾਂ ਕਿਸੇ ਹੋਰ ਮੋਰਚੇ ਤੋਂ ਲੜ ਲਓ ਜਿੱਥੇ ਤੁਹਾਡੀ ਵਿਚਾਰਧਾਰਾ ਮਿਲਦੀ ਆ, ਪਰ ਇਹਦਾ ਮਤਲਬ ਇਹ ਨਹੀਂ ਅਸੀਂ ਇੱਕ ਦੂਜੇ ਨੂੰ ਨਿੰਦਣ ਲੱਗ ਜਾਈਏ, ਇੱਕ ਦੂਜੇ ਦੀਆਂ ਲੱਤਾਂ ਖਿੱਚਣ ਲੱਗ ਜਾਈਏ। ਮੈਨੂੰ ਐਂ ਲੱਗਦਾ ਲੜਾਈ ਦੀ ਵਿਉਂਤਬੰਦੀ ਸਟ੍ਰੈਟਜੀ ਅਤੇ ਸਾਡਾ ਵਿਜ਼ਨ, ਸਾਡੀ ਸੇਧ ਕੀ ਹੋਣੀ ਚਾਹੀਦੀ ਹੈ, ਸਾਡੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਸਮਝਣਾ ਚਾਹੀਦਾ, ਔਰ ਇਕੱਲੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ
ਕੱਤੀ ਜਥੇਬੰਦੀਆਂ ਨੂੰ ਨਹੀਂ ਬਹਿਣਾ ਚਾਹੀਦਾ। ਮਜ਼ਦੂਰਾਂ ਨੂੰ ਵੀ ਨਾਲ ਲਓ, ਉਹਨਾਂ ਦੀਆਂ ਜਥੇਬੰਦੀਆਂ ਨੂੰ ਨਾਲ ਲਓ, ਆੜ੍ਹਤੀਆਂ ਨੂੰ ਨਾਲ ਲਓ। ਤੁਹਾਡੀ ਲੜਾਈ ਨੂੰ ਵੱਡੀ ਕਰੋ, ਲਾਮਬੰਦੀ ਵੱਡੀ ਕਰੋ, ਬਾਕੀ ਸੂਬਿਆਂ ਨੂੰ ਬਾਕੀ ਸਟੇਟਸ ਨੂੰ ਨਾਲ ਲਓ। ਮੇਰੀ ਇਹੀ ਅਰਦਾਸ ਤੇ ਬੇਨਤੀ ਆ। ਤੇ ਕੱਲ ਨੂੰ ਆਪਾਂ 11 ਵਜੇ ਸ਼ੰਭੂ ਬਾਰਡਰ ਤੇ ਧਰਨਾ ਲਾ ਰਹੇ ਹਾਂ। ਜਿਹਦੀ ਜਿਹਦੀ ਜ਼ਮੀਰ ਜਿਉਂਦੀ ਆ, ਜਿਹੜਾ ਜਿਹੜਾ ਮੇਰੀ ਗੱਲ ਨਾਲ ਕੋਈ ਰਿਲੇਸ਼ਨ ਜਾਂ ਰਿਲੇਟ ਕਰ ਸਕਦਾ ਉਹ ਬੰਦਾ ਉੱਥੇ ਆ ਜਾਏ। ਮੈਂ ਕਿਸੇ ਨੂੰ ਫੋਰਸ ਨਹੀਂ ਕਰ ਰਿਹਾ ਜੀ, ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰ ਰਿਹਾ ਵੀ ਹਰ ਪਾਸੇ ਜਿੱਥੇ ਜਿੱਥੇ ਕੋਈ ਸੰਘਰਸ਼ ਕਰ ਰਿਹਾ ਉਹਦਾ ਸਾਥ ਦਿਓ। ਮੈਂ ਕਿਸਾਨ ਜਥੇਬੰਦੀਆਂ ਦੇ ਵੀ ਨਾਲ ਹਾਂ, ਪਰ ਮੈਂ ਪੁਰਾਣੇ ਢਾਂਚੇ ਦੇ ਨਾਲ ਨਹੀਂ ਹਾਂ। ਮੈਂ ਬੰਦ ਕਮਰਿਆਂ 'ਚ ਮੀਟਿੰਗਾਂ ਦੇ ਨਾਲ ਨਹੀਂ ਹਾਂ। ਮੈਂ ਸਿਰਫ ਕੁਛ ਰਿਆਇਤਾਂ ਅੰਸ਼ਕ ਤੌਰ 'ਤੇ ਪ੍ਰਾਪਤੀਆਂ ਦੇ ਨਾਲ ਨਹੀਂ ਹਾਂ। ਮੈਂ ਉਹਨਾਂ ਦਾ ਪੁਰਜ਼ੋਰ ਵਿਰੋਧ ਕਰਦਾ। ਮੈਂ ਅਸਲ ਤੌਰ 'ਤੇ ਜੇ ਕੋਈ ਸਾਡੇ ਇੱਥੇ ਸਿਸਟਮ ਅਸੀਂ ਕਿਸਾਨਾਂ ਨੂੰ ਦੇ ਸਕੀਏ, ਮਜ਼ਦੂਰਾਂ ਨੂੰ ਦੇ ਸਕੀਏ, ਜਿੱਥੇ ਉਹਨਾਂ ਦਾ ਭਲਾ ਹੋਵੇ, ਸਾਡੇ ਲੋਕਾਂ ਨੂੰ ਉਹ ਸਿਸਟਮ ਦੇ ਸਕੀਏ, ਉਸ ਚੀਜ਼ ਦੇ ਨਾਲ ਆ ਉਹਦਾ ਮੈਂ ਹਮਾਇਤ ਕਰਦਾ ਉਸ ਚੀਜ਼ ਦੀ। ਅਤੇ ਪੁਰਾਣੀਆਂ ਗੱਲਾਂ ਦਾ, ਪੁਰਾਣੀ ਪੋਲੀਟਿਕਸ ਦਾ ਮੈਂ ਪੂਰਨ ਤੌਰ 'ਤੇ ਖੰਡਨ ਕਰਦਾ। ਅਤੇ ਜਦੋਂ ਖੰਡਨ ਕਰਦੇ ਹਾਂ ਉਦੋਂ ਇੱਕ ਬਹੁਤ ਵੱਡੇ ਸਿਸਟਮ ਨਾਲ ਸਾਨੂੰ ਲੜਨਾ ਪੈਂਦਾ। ਮੈਂ ਉਸ ਲੜਾਈ ਲਈ ਵੀ ਤਿਆਰ ਹਾਂ। ਮੇਰੇ ਵੱਲੋਂ ਬਹੁਤ ਪਿਆਰ ਅਤੇ ਸਤਿਕਾਰ। ਸਤਿ ਸ਼੍ਰੀ ਅਕਾਲ ਜੀ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ। ਇਸ ਦੇ ਨਾਲ ਇਸ ਵੀਡੀਓ ਵਿੱਚ ਇੰਨਾ ਹੀ। ਮਿਲਦੇ ਹਾਂ ਕਿਸੇ ਹੋਰ ਪੰਜਾਬੀ ਇੰਡਸਟਰੀ ਦੀ ਨਵੀਂ ਅਪਡੇਟ ਨੂੰ। ਅਤੇ ਜੇਕਰ ਤੁਹਾਡੇ ਕੋਲ ਵੀ ਪੰਜਾਬੀ ਇੰਡਸਟਰੀ ਦਾ ਕੋਈ ਅਜਿਹਾ ਅਪਡੇਟ ਹੈ ਜੋ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਇੰਸਟਾਗ੍ਰਾਮ 'ਤੇ ਫੋਲੋ ਕਰਕੇ DM ਕਰ ਉਸਦੀ ਜਾਣਕਾਰੀ ਦੇ ਸਕਦੇ ਹੋ। ਸਭ ਤੋਂ ਪਹਿਲਾਂ ਜਾਣਕਾਰੀ ਦੇਣ ਵਾਲੇ ਦਾ ਨਾਮ ਇਸ ਵੀਡੀਓ ਵਿੱਚ ਸ਼ੇਅਰ ਕੀਤਾ ਜਾਵੇਗਾ। ਜੇਕਰ ਇਸ ਚੈਨਲ 'ਤੇ ਤੁਸੀਂ ਨਵੇਂ ਹੋ ਤਾਂ ਪੰਜਾਬੀ ਇੰਡਸਟਰੀ ਦੀਆਂ ਹਰ ਨਵੀਂ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਤੁਹਾਡਾ ਦਿਨ ਸ਼ੁਭ ਰਹੇ। ਧੰਨਵਾਦ।